96 97 ਚ ਇਥਾਂ ਬਹਾਲੀ ਹੈ, ਇਥਾਂ ਲੋਕ ਸਫ਼ਰ ਵੀ ਕਰਦੇ ਆ, ਲੋਕ ਖੁਸ਼ਹਾਲ ਹਨ। ਹੁਣ ਲੋਕ ਆਉਂਦੇ ਨੇ ਇੱਥੇ ਟ੍ਰੇਨਾਂ ਦਾ ਵੀ ਨਹੀਂ। ਅਸਲਾਮੁ ਅਲੈਕੁਮ ਯੂਰ, ਕੀ ਹਾਲ ਹੈ? ਠੀਕ ਹੈ ਵੀ ਤੁਸੀਂ? ਇੱਥੇ ਠੀਕ ਹੈ ਅਲਹਮਦੁਲਿਲਾ ਯੂਰ, ਮੈਂ ਠੀਕ ਹਾਂ। ਮੈਂ ਉਮੀਦ ਕਰਦਾ ਤੁਸੀਂ ਵੀ ਠੀਕ ਹੋ ਸੀ ਯਾਰ। ਤੁਸੀਂ ਯੂਟਿਊਬ ਚੈਨਲ ਲੈਦੇ ਪਏ ਅਬਦੁੱਲਾ ਡੇਰੇਵਾਲ, ਅਸਾਂ ਵੀਡੀਓ ਕਰਦੇ ਪਏ ਸਟਾਰਟ। ਅਸਾਂ ਵੇਂਦੇ ਪਏ ਛਾਬਰੀ ਵਾਲਾ ਵੇਂਦੇ ਹੈ, ਤਾਂ ਉਹ ਆਪਣਾ ਮਾਹੌਲ ਲਿਖ ਲੈਂਦੇ। ਉੱਥੋਂ ਛੋਟਾ ਜਿਹਾ ਇਵੇਂ ਖੁਸ਼ੀ ਦਾ ਪ੍ਰੋਗਰਾਮ ਹੈ ਸਾਡਾ ਰਿਸ਼ਤੇਦਾਰ ਦਾ, ਔਰ ਤੁਸੀਂ ਉੱਥੇ ਦੇਖ ਸੋ ਮਾਹੌਲ। ਔਰ ਤੁਹਾਨੂੰ ਰਸਤਾ ਵੀ, ਤੁਹਾਨੂੰ ਵਲੌਗ ਵੀ ਦਿਖਾਉਂਦੇ ਰਹੇ ਹੋ ਸੀ, ਰਸਤੇ ਨਾਲ ਤੁਹਾਡੇ ਨਾਲ ਗੱਪ ਸ਼ੱਪ ਵੀ ਦਿਖਾਉਂਦੇ ਰਹੇ ਹੋ ਸੀ। ਇਹਦੇ ਦੋਸਤ ਨੇ ਹਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਜਲਦੀ ਜਲਦੀ ਸਾਡੇ ਚੈਨਲ ਨੂੰ ਕਰੇ ਸਬਸਕ੍ਰਾਈਬ, ਤਾਂ ਕਿ ਹਰ ਆਉਣ ਵਾਲੇ ਵੀਡੀਓ ਨੂੰ ਤੱਕ ਪਹੁੰਚ ਸਕੇ। ਨੌਰੰਗ ਸ਼ਾਹ ਦੇ ਉੱਭੀ ਪਾਸੋਂ ਨਾ ਸੁਸਾਇਟੀ ਹੈ, ਇਹ ਨਵੀਂ ਸੁਸਾਇਟੀ ਹੁਣ ਬਣੇ ਮਾਸ਼ਾਅੱਲਾ, ਕੰਮ ਤੇਜ਼ੀ ਨਾਲ ਤਿੰਨ ਵਿੱਚ ਚੌ ਦੀਵਾਰੀ ਇਹਨਾਂ ਦਾ ਮੁਕੰਮਲ ਹੋ ਚੁੱਕੇ। ਅਸਾਂ ਪਹੁੰਚ ਗਿਆ ਸੀ ਉਹਦੀ ਸ਼ਾਦੀ ਲਈ, ਜਾ ਤੇ ਵਹਿੰਦੇ ਪਏ, ਮੇਰੇ ਨਾਲ ਸਾਹ ਖਾਨ ਵੀ ਨਾਲ ਯਾਰ ਜੁੜਦੇ ਪਏ ਉਹਦੇ, ਤਾਂ ਉਹ ਪਾਣੀ ਵੀ ਦਿਖਲਾ ਰਹੇ ਵਹਿੰਦੇ ਯਾਰ। ਉਹ ਤਾਂ ਸ਼ਹਿਰ ਹੈ ਜਿੰਨਾ ਕਾਫੀ ਪਾਣੀ ਹੈ, ਤਾਂ 10 ਲਾਭ ਦੇ ਖੜੇ ਵੈਸੇ ਉਦੋਂ ਕੋਈ ਦਿਖਲਾ ਦੇਣਾ। ਬੈਕ ਸਾਈਡ 'ਤੇ ਦੇਖ ਸਕਦੇ ਇਹਨਾਂ ਤਕਰੀਬਨ ਇੱਥੇ ਨਾ 2 ਮਹੀਨੇ ਦੀਵਣ ਵਾਲੇ ਨੇ। ਕਿਤਨਾ ਠੀਕ ਹੈ ਸਾਹ ਇੱਥੇ ਪਾਣੀ ਕੋ? 2 ਮਹੀਨੇ ਠੀਕ ਹੈ, ਯਕਦਮ ਖੜੇ। ਅੱਛਾ ਵੀਰ, ਤੁਸੀਂ ਮੇਰੇ ਬੈਕ ਸਾਈਡ 'ਤੇ ਦੇਖਦੇ ਇੱਥੇ ਫਸਲ ਕਹਿੰਦੀ ਨਾ ਉਹ, ਪਰ ਉਹ ਥੋੜ੍ਹਾ ਜਿਹਾ ਫਸਲ ਤੋਂ ਕੋਈ ਦੇਖਦਾ ਪਿਆ ਸੀ, ਚਾਵਲ ਦਾ ਕਾਸ਼ਤ ਹੀ ਕਾਫੀ ਨੁਕਸਾਨ 'ਤੇ ਗਏ। ਮਕਸਦ ਹਕੂਮਤ ਜਿਹੜੇ ਗਵਰਨਮੈਂਟ ਨੇ ਉਹ ਕੋਈ ਇਹਦੇ ਬਾਰੇ ਐਕਸ਼ਨ ਨਹੀਂ ਦਿੰਦਾ। 2 ਮਹੀਨੇ 'ਤੇ ਗਏ ਪਾਣੀ ਖੜ੍ਹੇ, ਕੁੱਕੀ ਕਿਨੀ ਕੱਟ ਮੱਟ ਕਰਕੇ ਕਿਨੀ ਰਸਤਾ ਪਾਣੀ ਦਾ ਬਣਾ ਕੇ ਤਾਂ ਕਿ ਪਾਣੀ ਨਿਕਲ ਪੈਂਦੇ, ਕੋਈ ਨੋਟਿਸ ਨਹੀਂ ਕਹਿੰਦੇ, ਕੋਈ ਗੱਲ ਨਹੀਂ ਕਹਿੰਦਾ। ਮਕਸਦ ਇੱਥਾਂ ਅਗਰ MP MNA ਨਾਲ ਕੋਈ ਆਪਣੇ ਮਜ਼ੇ ਅਚਨ, ਔਰ ਵੀਰ ਤੁਸੀਂ ਦੇਖ ਸਕਦੇ ਵੇ ਮੈਂ ਇਸ ਵਕਤ ਨਾ ਗਜਵਾਣੀ ਬਸਤੀ ਖੜ੍ਹਾ, ਬਸਤੀ ਗਜਵਾਣੀ ਖੜ੍ਹਾ ਵੀਰ। ਇਸ ਵਕਤ ਨਾ ਮੈਂ ਮੁਸਤਾਫ ਖਾਨ ਗਜਵਾਣੀ ਦੇ ਘਰ ਪਹੁੰਚ ਗਿਆ, ਔਰ ਉਹਦੇ ਥੋੜ੍ਹਾ ਘਰ ਬਦਲ ਚੁੱਕਿਆ। ਅਸਲਾਮ ਅਲੈਕੁਮ ਸਾਹਿਬ, ਕੀ ਹਾਲ ਹੈ? ਠੀਕ ਹੈ ਤਬੀਅਤ? ਠੀਕ ਹੈ, ਖੈਰ ਖਰੀਅਤ ਨਾਲ ਤਬੀਅਤ ਹੈ? ਫਾਰੇ ਕਿਵੇਂ? ਮੁਸਤਾਖਾਨ ਮੇਰੇ ਨਾਲ ਹੈ, ਤਾਂ ਮੁਸਤਾਖਾਨ ਹਾਲ ਵਾਲ ਕਰਦਾ।
ਕਾਫੀ ਅੱਛਾ ਪਹਿਲੇ ਨੇ ਸਟੇਸ਼ਨ ਔਰ ਉਹ ਸਟੇਸ਼ਨ ਉਹ ਬੰਦ ਔਰ ਕਿਤੇ ਪੈਨ ਲੈਂਦੇ ਸਾਰਾ ਮਤਲਬ ਕਾਫੀ ਯਾਰ ਸਟੇਸ਼ਨ ਮਸ਼ਹੂਰ ਹੈ ਅੱਜ ਤੋਂ ਕਿੰਨੇ ਸਾਲ ਪਹਿਲੇ ਬਤਾਤੇ ਹੈ ਟ੍ਰੇਨ ਉੱਤੇ ਅੱਜ ਤੋਂ ਪਹਿਲੇ ਦੇ ਸਾਲ ਯਾਰ ਕਿੰਨਾ ਹੁੰਦਾ ਦਾ ਅਸਾਂ ਨਾ ਪਹੁੰਚੇ ਹਾਂ ਬੇਸਿਕਲ ਇੱਥਾਂ ਰੇਲਵੇ ਰੋਡ ਦੇ ਉੱਤੇ ਇਹ ਰੇਲਵੇ ਸਾਰੇ ਤੁਸੀਂ ਦੇਖ ਸਕਦੇ ਪਏ ਅਸਾਂ ਹੁਣ ਮੈਨੇ ਪੈ ਪਟੜੀ ਕੀਤੀ ਰੇਲਵੇ ਵਾਲੀ ਪਟੜੀ ਸਾਰੇ ਬੈਕ ਸਾਈਡ ਇੱਕ ਵਕਤ ਆਉਂਦਾ ਇਹ ਉੱਥਾਂ ਨਾ ਰੇਲ ਸਟਾਪ ਕਰਿੰਦਾ ਇੱਥੋਂ ਦੇ ਲੋਕ ਉੱਚਾ ਕੇ ਸ਼ਹਿਰ ਦੀ ਜਗ੍ਹਾ ਲੈਂਦਾ ਹੈ ਉਹ ਤੋਂ ਬਾਜੂ ਥੋੜ੍ਹੇ ਬਾਰੇ ਤੋਂ ਕੋਈ ਹਿਸਟਰੀ ਵੀ ਦੱਸਦੇ ਪਏ ਮੈਂ ਤਾਂ ਕੋਈ ਯਾਰੂ ਕੋਸਾ ਸਟੇਸ਼ਨ ਦੇ ਨਾਲ ਇਹ ਰੇਲਵੇ ਪਟੜੀ ਹੈ ਤਾਂ ਔਰ ਇੱਥੇ ਕਾਫੀ ਤਾਦਾਦ 'ਤੇ ਖਰਚਾ ਥੀ ਇਹ ਹੁਣ ਜਿਹੜੇ ਕੈਂਸਲ ਥੀ ਚੁੱਕੇ ਗਵਰਮੈਂਟ ਨੇ ਦੇਖੋ ਟੁੱਟੇ ਪੈਣ ਬਿਲਕੁਲ ਇੱਥੇ ਗਵਰਮੈਂਟ ਨੇ ਵਾਸ਼ਰੂਮ ਬਣਾਏ ਹਨ ਊਂ ਵਕਤ ਦੇ ਮਕਸਦ ਇੱਥੋਂ ਦੇ ਲੋਕ ਤੋਂ ਕਹਿੰਦੇ ਪਏ ਹਨ 95-96 ਦੀ ਗੱਲ ਹੈ ਇੱਥੇ 95-96 ਰੇਲ ਰੁਕਦਾ ਹੀ ਸਟੋਪ ਕਰਿੰਦਾ ਜੀ ਇੱਥਾਂ ਵੱਡੇ ਇਮਾਰਤ ਹਨ ਕੁਆਟਰ ਹਨ ਇੱਕ ਨਹੀਂ ਮੈਂ ਤੁਹਾਨੂੰ ਇੱਕ ਦਿਖਾਵਾਂ ਵਨ ਇੱਕ ਔਰ ਦੂਜੀ ਯੋਰੇ ਤੋਂ ਮੈਂ ਲਿਖ ਲੈਂਦਾ ਪਿਆ ਰੇਲਵੇ ਸਟੇਸ਼ਨ ਜਿਹੜਾ ਪੁਰਾਣਾ ਯਾਰੂ ਖੋਸਾ ਸਟੇਸ਼ਨ ਹੈ ਹੁਣ ਤਾਂ ਖਤਮ ਥੀ ਚੁੱਕੇ ਤੁਸੀਂ ਦੇਖਦੇ ਪਏ ਇਮਾਰਤ ਵੀ ਖਤਮ ਥੀ ਚੁੱਕੇ ਨੇ ਟੁੱਟ ਚੁੱਕੇ ਨੇ ਕਿਉਂ ਇਤਨਾ ਗਵਰਮੈਂਟ ਪਾਕਿਸਤਾਨ ਦਾ ਪੈਸਾ ਜ਼ਾਇਆ ਉੱਥੇ ਗਏ ਕਿਹੜੀ ਵਜ੍ਹਾ ਕੋਲ ਥਾ ਇੱਥੇ ਦੇਖੋ ਕਾਫੀ ਤਾਦਾਦ 'ਤੇ ਖਰਚਾ ਤਾ ਇਹ 95-96 ਦਾ ਇੱਥਾਂ ਰੇਲਵੇ ਰੁਕਦਾ ਹੈ ਇੱਥੋਂ ਦੇ ਲੋਕ ਸ਼ੁਦੇ ਸਫ਼ਰ ਕਰਦੇ ਪਏ ਹੁਣ ਇਹ ਲੋਕ ਆਦੇ ਇੱਥੇ ਰੇਲਵੇ ਆਉਂਦਾ ਵੀ ਨਹੀਂ ਡੀਜੀ ਖਾਨ ਕਿਉਂ ਇਤਨਾ ਡੀਜੀ ਖਾਨ ਸਾਰਾ ਮਕਸਦ ਹੈ ਰੇਲਵੇ ਇਤਨਾ ਨੋਟਿਸ ਕਿਉਂ ਨਹੀਂ ਗਿੰਦਾ ਇਹ ਤੁਸੀਂ ਦੇਖ ਸਕਦੇ ਹੋ ਇਮਾਰਤ ਖਤਮ ਜੀ ਚੁੱਕੇ ਇਸ ਵਕਤ ਕੰਗਾਲ ਥੀ ਇੱਥਾਂ ਦਰਖਤ ਦੇਖੋ ਜੰਗਲ ਦੇਖੋ ਡਰ ਲੱਗਦੇ ਇੱਥਾਂ ਇਹ ਦੇਖੋ ਬਿਲਕੁਲ ਜੰਗਲ ਹੈ ਹਾਲਾਂਕਿ ਪਹਿਲੇ ਸਟੇਸ਼ਨ ਹੈ ਇੱਥੇ ਕਾਫੀ ਲੋਕ ਸਫ਼ਰ ਕਰਕੇ ਆਉਂਦੇ ਹਨ ਕਰਾਚੀ ਤੋਂ ਕੋਟਾਦੂ ਤੋਂ ਪਿਓਰ ਇਸ ਵਕਤ ਦੇਖੋ ਬਾਹਰ ਜਾਣੇ ਕਾ ਰਸਤਾ ਲਿਖਿਆ ਪਿਆ ਹਰ ਸ਼ੈ ਲਿਖਿਆ ਪਿਆ ਇੱਥਾਂ ਅਫਸੋਸ ਥੀ ਯਕੀਨ ਨਾਲ ਇਹ ਇੱਥਾਂ ਲਿਖ ਕੇ ਪਤਾ ਕਿਆ ਲਿਖੀ ਪਏ ਟ੍ਰਿਕ ਟਿਕਟ ਮੈਂ ਟਿਕਟ ਕਾ ਘਰ ਲਿਖਿਆ ਪਿਆ ਸ਼ਾਇਦ ਇੱਥਾਂ ਟਿਕਟ ਮਿਲਦੇ ਹੋ ਸਨ ਜਿਹੜੇ ਇੱਥਾਂ ਟਿਕਟ ਮਿਲਦੇ ਹਨ ਯਾਰ ਖੋ ਸਕਦਾ ਸਟੇਸ਼ਨ ਹੈ ਤੋਂ ਮੈਂ ਲਿਖ ਲੈਂਦਾ ਪਿਆ ਔਰ ਤੋਂ ਇੱਥਾਂ ਲਿਖ ਲੈਂਦਾ ਇਹ ਦੇਖੋ ਵੀਰ ਬੜਾ ਅਫਸੋਸ ਥੀ ਜੰਗਲ ਹੈ ਇੱਥਾਂ ਗੰਦਗੀ ਦੇਖੋ ਹਰ ਸ਼ਾਇ ਦੇਖੋ ਇਹ ਸਟੇਸ਼ਨ ਇਤਨਾ ਖਰਚਾ ਹੈ ਇਹ ਲੂਹਾ ਦੇਖੋ ਤੁਸੀਂ ਕਿਤਨਾ ਬਹੁ ਪੈਦਾਰ ਲੂਹਾ ਲੱਗਾ ਖੜੇ ਔਰ ਹਾਲੇ ਤੱਕ ਇਹ ਕਾਮਯਾਬ ਹੈ ਇਤਨਾ ਖਰਚਾ ਲੱਗੇ ਖੜੇ ਇਹਦੇ ਕੋਲੋਂ ਬਾਅਦ ਨਾ ਉਹ ਦੇਖੋ ਸਾਹਮਣੇ ਬਿਲਕੁਲ ਕੁਆਟਰ ਲੱਗੇ ਖੜੇ ਉੱਥੋਂ ਦੇਖੋ ਬਿਲਕੁਲ ਇੱਥੇ ਕਾਸ਼ਤਕਾਰੀ ਥੀ ਚੁੱਕੇ ਲੋਕ ਫਸਲ ਰਹਿੰਦਾ ਪਏ ਔਰ ਉੱਥਾਂ ਕਿਤਨਾ ਨੁਕਸਾਨਾਤ ਥੀ ਚੁੱਕੇ ਨੇ ਰੇਲਵੇ ਦਾ ਸਾਰੇ ਪਾਕਿਸਤਾਨ ਦਾ ਖਰਚਾ ਥੀ ਚੁੱਕੇ ਔਰ ਤੁਹਾਨੂੰ ਨਾਲ ਇਹਦੇ ਪਏ ਉਹ 3-4 ਕੁਆਟਰ ਬਣੇ ਖੜੇ ਪਿਓਰ ਇਹ ਜੰਗਲ ਹੈ ਇਸ ਵਕਤ ਯਾਰ ਇਹ ਇਸ ਵਕਤ ਮੈਂ ਯਾਰੂ ਖੋਸਾ ਦੇ ਸਟੇਸ਼ਨ ਤੋਂ ਤਮਾਮ ਦਾ ਦਿਖਲਾ ਚੁੱਕਿਆ ਔਰ ਤੁਸੀਂ ਮੇਰੇ ਬੈਕ ਸਾਈਡ 'ਤੇ ਦੇਖਦੇ ਪਏ ਸਟੇਸ਼ਨ ਹੈ ਪੁਰਾਣਾ ਜਿਹੜਾ ਹੁਣ ਖਤਮ ਥੀ ਚੁੱਕੇ ਇਹ ਬਿਲਡਿੰਗ ਤਕਰੀਬਨ ਅਜੇ ਨੇ ਇੱਥਾਂ 96-97 'ਚ ਇੱਥਾਂ ਬਹਾਲੀ ਹੈ ਇੱਥਾਂ ਲੋਕ ਸਫ਼ਰ ਵੀ ਕਰਦੇ ਹਨ ਲੋਕ ਖੁਸ਼ਹਾਲ ਹਨ ਹੁਣ ਲੋਕ ਆਉਂਦੇ ਨੇ ਇੱਥੇ ਟ੍ਰੇਨ ਆਉਂਦਾ ਵੀ ਨਹੀਂ ਟ੍ਰੇਨ ਕਾਫੀ ਅਰਸੇ ਕੋਲੋਂ ਨਹੀਂ ਆਉਂਦਾ ਪਿਆ ਕਾਫੀ ਲੋਕ ਇੱਥੋਂ ਦੇ ਮਾਯੂਸ ਹਨ ਅਸਾਂ ਇੰਤਜ਼ਾਮੀਆ ਕੋਲ ਇਹ ਰਿਕੁਐਸਟ ਕਰਦੇ ਹਾਂ ਵਜ਼ੀਰੇ ਰੇਲਵੇ ਕੋਲੋਂ ਕਿ ਮਿਹਰਬਾਨੀ ਕਰੇ ਡੀ ਜੀ ਖਾਨ ਦਾ ਰੇਲ ਭੇਜੇ ਔਰ ਨੋਟਿਸ ਗਿਣੀ ਬਾਰੇ ਕਿਉਂ ਨਹੀਂ ਦਿੰਦਾ ਪਿਆ ਅੱਛਾ ਵੀਰ ਇਸ ਵਕਤ ਤੁਹਾਡੇ ਕੋਲ ਗਿਣਦੇ ਪਏ ਜ਼ਿਆਦਾ ਨੈਕਸਟ ਵੀਡੀਓ ਹਾਜ਼ਰ ਸੀ ਤੂੰ ਜਿਹੜੇ ਦੋਸਤ ਨੇ ਸਾਡੇ ਚੈਨਲ ਕੋ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਜਲਦੀ ਸਾਡੇ ਚੈਨਲ ਕੋ ਕਰਨ ਸਬਸਕ੍ਰਾਈਬ ਤਾਂ ਕਿ ਹਰ ਆਉਣ ਵਾਲੀ ਵੀਡੀਓ ਸਾਡੇ ਦੋਸਤ ਕੋ ਪਹੁੰਚ ਸਕੇ ਅੱਲਾ ਹਾਫਿਜ਼।